ਸਤਿ ਸ਼੍ਰੀ ਅਕਾਲ ਜੀ। ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜੱਸੀਮਾ। ਕਹਿੰਦੇ ਆ ਕਿ ਮੁਸ਼ਕਲਾਂ ਚੋਂ ਲੰਘਦੇ ਹੋਏ, ਮੁਸ਼ਕਲ ਚੋਂ ਲੰਘਦੇ ਹੋਏ ਹਰ ਮੁਸ਼ਕਲ ਦਾ ਸਾਹਮਣਾ ਕਰਨਾ ਚਾਹੀਦਾ ਹੈ, ਅਤੇ ਕੀ ਪਤਾ ਕਿਹੜੇ ਮੋੜ 'ਤੇ ਸਫਲਤਾ ਹੀ ਮਿਲ ਜਾਵੇ। ਕਈ ਵਾਰੀ ਅਸੀਂ ਮੁਸ਼ਕਲਾਂ ਦੇਖ ਕੇ, ਪਰੇਸ਼ਾਨੀਆਂ ਦੇਖ ਕੇ ਪਿੱਛੇ ਮੁੜ ਜਾਂਦੇ ਅਤੇ ਵਾਂਝੇ ਰਹਿ ਜਾਂਦੇ ਹਾਂ ਸਫਲਤਾ ਤੋਂ। ਤਾਂ ਇਸ ਕਰਕੇ ਮੁਸ਼ਕਲਾਂ ਤੋਂ ਨਹੀਂ ਘਬਰਾਉਣਾ ਚਾਹੀਦਾ, ਕਿਸੇ ਵੀ ਮੁਸੀਬਤ ਤੋਂ ਨਹੀਂ ਘਬਰਾਉਣਾ ਚਾਹੀਦਾ। ਸਫਲਤਾ ਦੇ ਰਸਤੇ ਉਦੋਂ ਹੀ ਖੁੱਲ੍ਹਦੇ ਆ ਜਦੋਂ ਅਸੀਂ ਮੁਸ਼ਕਲਾਂ ਦੇ ਹੱਲ ਲੱਭਦੇ ਹੋਏ ਜ਼ਿੰਦਗੀ ਦੇ ਸਫ਼ਰ ਨੂੰ ਕੱਟਦੇ। ਇਹ ਸੀ ਅੱਜ ਦਾ ਸ਼ੁਭ ਵਿਚਾਰ। ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਾਣਾਂਗੇ ਪੰਚਾਂਗ, ਪੰਚਾਂਗ ਮੁਤਾਬਕ ਹੀ ਸਿਤਾਰਿਆਂ ਬਾਰੇ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿੱਪ ਵੀ ਦੱਸਾਂਗੇ। 14 ਦਸੰਬਰ 2023 ਦਿਨ ਹੈ ਵੀਰਵਾਰ ਦਾ। ਤਿਥੀ ਦੀ ਗੱਲ ਕੀਤੀ ਜਾਵੇ ਤਾਂ ਦੂਜ ਦੀ ਤਿਥੀ ਅੱਜ ਮੂਲ ਨਕਸ਼ਤਰ ਚੱਲ ਰਿਹਾ ਗੰਢ ਮੂਲ, ਜੋ ਕਿ 9:47 ਤੱਕ ਰਹੇਗਾ। ਯਾਨੀ 9:47 ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਢ ਮੂਲ ਦੀ ਪੂਜਾ ਲੱਗੇਗੀ ਅਤੇ ਉਸ ਤੋਂ ਬਾਅਦ ਜੋ ਹੈ ਸ਼ੁੱਕਰ ਦਾ ਨਕਸ਼ਤਰ ਚੱਲ ਪਵੇਗਾ, ਠੀਕ ਹੈ ਜੀ। ਨਾਲ ਹੀ ਪੂਰਬ ਅਸਾੜਾ ਨਕਸ਼ਤਰ ਵਿੱਚ ਚੰਦਰ ਮਹਾਰਾਜ ਚਲੇ ਜਾਣਗੇ ਧਨੂ ਰਾਸ਼ੀ ਵਿੱਚ, ਅਤੇ ਚੰਦਰ ਦਰਸ਼ਨ ਕਰਨੇ ਅੱਜ ਦੇ ਦਿਨ ਸ਼ੁਭ ਰਹਿਣਗੇ ਜੀ, ਬਹੁਤ ਵਧੀਆ। ਅਗਰ ਤੁਸੀਂ ਕਹਿੰਦੇ ਆ ਦੂਜ ਦੀ ਤਿਥੀ ਨੂੰ ਕੀਤੇ ਗਏ ਚੰਦਰ ਦਰਸ਼ਨ ਦੇ ਨਾਲ ਜੋ ਹੈ ਮਹੀਨਾ ਪੂਰੀ ਤਰ੍ਹਾਂ ਨਾਲ ਅੱਛਾ ਜਾਂਦਾ ਹੈ, ਤਾਂ ਜ਼ਰੂਰ ਅੱਜ ਚੰਦਰ ਦਰਸ਼ਨ ਸ਼ਾਮ ਨੂੰ ਤੁਸੀਂ ਕਰ ਲੈਣਾ। ਬੁੱਧ ਮਹਾਰਾਜ ਵੱਕਰੀ ਹੋ ਚੁੱਕੇ ਨੇ, ਗੁਰੂ ਪਹਿਲਾਂ ਤੋਂ ਹੀ ਵੱਕਰੀ ਚੱਲਦੇ ਨੇ, ਸ਼ਨੀ ਤਾਂ ਮਾਰਗੀ ਹੀ ਨੇ, ਅਤੇ ਇਹਨਾਂ ਗ੍ਰਹਿਆਂ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਰਹੇਗਾ, ਅਤੇ ਨਾਲ ਅੱਜ ਦੇ ਟਾਈਮ ਅੱਜ ਦੇ ਦਿਨ ਰਾਹੂ ਕਾਲ ਦਾ ਟਾਈਮ 1:30 ਤੋਂ ਲੈ ਕੇ 3 ਤੱਕ ਰਹੇਗਾ। ਇਹ ਸੀ ਜੀ ਪੰਚਾਂਗ, ਅਤੇ ਨਾਲ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਅੱਜ ਦੇ ਦਿਨ ਜਨਮ ਦਿਨ ਹੈ, ਸ਼ਾਦੀ ਦੀ ਸਾਲਗਿਰਹ ਹੈ। ਬਹੁਤ ਹੀ ਸ਼ੁਭ ਜਾਵੇ ਇਹ ਸਾਲ ਤੁਹਾਡਾ। ਚਲੋ ਦੁਆ ਤਾਂ ਹੈ ਹੀ ਹੈ, ਫੈਮਿਲੀ ਦੇ ਨਾਲ ਬਾਹਰ ਕਿਤੇ ਘੁੰਮਣ ਜਾ ਸਕਦੇ ਹੋ, ਖਾਣਾ ਖਾਣ ਜਾ ਸਕਦੇ ਹੋ, ਬੜਾ ਵਧੀਆ ਰਹੇਗਾ। ਅਤੇ ਨਾਲ ਅੱਜ ਦੇ ਦਿਨ ਕਿਉਂਕਿ ਬੁੱਧ ਚੰਦਰ ਦੀ ਜੁੱਤੀ ਹੈ, ਅਤੇ ਬੁੱਧ ਚੰਦਰ ਦੀ ਜੁੱਤੀ ਦਾ ਪ੍ਰਭਾਵ ਤਾਂ ਆਪਾਂ ਦੱਸਾਂਗੇ ਹੀ, ਨਾਲ ਅਗਰ ਤੁਸੀਂ ਗ੍ਰਹਿਾਂ ਦੇ ਮੁਤਾਬਕ ਅੱਜ ਦੇ ਦਿਨ ਯਾਨੀ ਕਿ ਵੀਰਵਾਰ ਵਾਲੇ ਦਿਨ ਧਾਰਮਿਕ ਸਥਾਨ 'ਤੇ ਜਾ ਕੇ ਪੀਲੀ ਚਨੇ ਦੀ ਦਾਲ ਚੜ੍ਹਾਉਂਦੇ ਹੋ ਜਾਂ ਲੰਗਰ 'ਚ ਹਰੀਆਂ ਸਬਜ਼ੀਆਂ ਦਿੰਦੇ ਹੋ, ਤਾਂ ਸਮਝੋ ਗ੍ਰਹਿਾਂ ਦੇ ਮੁਤਾਬਕ ਅਤੇ ਗੋਚਰ ਦੇ ਮੁਤਾਬਕ ਅੱਛਾ ਫਲ ਮਿਲੇਗਾ, ਅਤੇ ਨਾਲ ਆਸ਼ੀਰਵਾਦ ਵੀ ਮਿਲ ਜਾਏਗਾ। ਮਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਜ਼ਰੂਰ ਲੈਣਾ ਹੈ, ਪਰਿਵਾਰ ਨਾਲ ਟਾਈਮ ਸਪੈਂਡ ਕਰਨਾ ਹੈ, ਅਤੇ ਦੂਜਿਆਂ ਦੀ ਖੁਸ਼ੀ ਦਾ ਕਾਰਨ ਜ਼ਰੂਰ ਬਣਨਾ ਚਾਹੀਦਾ ਹੈ, ਠੀਕ। ਅਤੇ ਚਲੋ ਹੁਣ ਆਪਾਂ ਜਾਣਦੇ ਹਾਂ ਤੁਹਾਡੇ ਸਿਤਾਰੇ। ਸਭ ਤੋਂ ਪਹਿਲਾਂ ਐਰੇ ਜਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਦੇਖੋ। ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਚੰਦਰ ਮਹਾਰਾਜ ਮੂਲ ਦਾ ਨਕਸ਼ਤਰ 10:15 ਤੱਕ ਰਹੇਗਾ, ਉਸ ਤੋਂ ਬਾਅਦ ਜੋ ਹੈ ਸ਼ੁੱਕਰ ਦਾ ਨਕਸ਼ਤਰ ਚੱਲੇਗਾ, ਤਾਂ ਸ਼ੁੱਕਰ ਧਨ ਦਾ ਕਾਰਕ ਹੈ, ਬਿਜ਼ਨਸ ਦਾ ਕਾਰਕ ਹੈ, ਤਾਂ ਧਨ ਬਿਜ਼ਨਸ ਕੰਮ ਕਾਰ ਲਈ ਸਿਤਾਰੇ ਤੁਹਾਡੇ ਅੱਛੇ ਰਹਿਣਗੇ। ਬੁੱਧ ਚੰਦਰ ਦੀ ਯੁਤੀ ਜੋ 9 ਸਥਾਨ ਵਿੱਚ ਬਣੀ ਹੋਈ ਹੈ, ਘਰ ਵਿੱਚ ਭੈਣ ਨੂੰ ਅਤੇ ਬੇਟੀ ਨੂੰ, ਅਗਰ ਤੁਹਾਡੀ ਬੇਟੀ ਹੈ ਮੈਰਿਡ ਹੋ ਤੁਸੀਂ, ਉਸਦੀ ਸਿਹਤ ਨੂੰ ਲੈ ਕੇ ਥੋੜ੍ਹੀ ਪਰੇਸ਼ਾਨੀ ਜ਼ਰੂਰ ਵੱਧ ਸਕਦੀ ਆ, ਤਾਂ ਚੌਲ ਹਲਦੀ ਦੁੱਧ ਅੱਜ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ। ਗ੍ਰਹਿਾਂ ਦੀ ਐਨਰਜੀ ਸ਼ੁਭ ਰਹੇਗੀ, ਦਿਨ ਬੈਸਟ ਜਾਏਗਾ, ਪੀਲਾ ਰੰਗ ਲੱਕੀ ਰਹੇਗਾ। ਟੌਰਸ ਬ੍ਰਿਖ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੀ, ਕਾਲਾਪਨ ਤੇਜ਼ੀ ਸਿਰਫ ਜਦੋਂ ਤੱਕ ਕੇਤੂ ਦਾ ਨਕਸ਼ਤਰ ਹੈ ਉਦੋਂ ਤੱਕ ਬਣਨ ਵਾਲੀ ਹੈ, ਅਤੇ ਉਸ ਤੋਂ ਬਾਅਦ ਸ਼ੁੱਕਰ ਦਾ ਨਕਸ਼ਤਰ ਆਏਗਾ। ਭਾਵੇਂ ਚੰਦਰਮਾ ਬੁੱਧ ਦੇ ਨਾਲ 8 ਸਥਾਨ ਵਿੱਚ ਹੈ, ਪਰ ਕਿਉਂਕਿ ਸ਼ੁੱਕਰ ਦਾ ਨਕਸ਼ਤਰ ਤੁਹਾਡਾ ਮਿੱਤਰ ਹੈ, ਤੁਹਾਨੂੰ ਸ਼ੁਭ ਐਨਰਜੀ ਦੇ ਰਿਹਾ, ਤਾਂ ਇਹ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਤੁਹਾਡਾ ਨਹੀਂ ਹੋਣ ਦੇਵੇਗਾ। ਅੱਜ ਦੇ ਦਿਨ ਹਲਕਾ ਜਿਹਾ ਕਰੀਮ ਕਲਰ ਪਹਿਨਣਾ, ਕੰਨਾਂ ਪਿੱਛੇ ਇਤਰ ਲਗਾਉਣਾ, ਅਤੇ ਨਾਲ ਚੰਦਰ ਅਤੇ ਬੁੱਧ ਦੀ ਐਨਰਜੀ ਨੂੰ ਸ਼ੁੱਭ ਕਰਨ ਦੇ ਲਈ ਬੱਚਿਆਂ ਨੂੰ
ਫਲ ਦੇਣਾ, ਗੋਲ ਫਲ ਦੇਣਾ, ਸ਼ੁਭਤਾ ਤੇ ਗ੍ਰਹਿਾਂ ਦੀ ਐਨਰਜੀ ਸ਼ੁਭ ਕਰਨਗੇ ਤੇ ਦਿਨ ਵੀ ਅੱਛਾ ਜਾਏਗਾ। ਅਗਲੀ ਰਾਸ਼ੀ ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲੇ। ਮਿਥੁਨ ਰਾਸ਼ੀ ਵਾਲਿਆਂ ਦੇ ਲਈ ਸ਼ੁੱਕਰ ਦਾ ਨਕਸ਼ੱਤਰ ਮਿੱਤਰ ਹੀ ਹੈ, ਤੁਹਾਡੀ ਸੋਚ ਦਾ ਮਾਲਕ ਹੈ ਤੇ ਸੋਚ ਸਥਾਨ ਵਿੱਚ ਬੈਠਾ ਹੋਇਆ ਸ਼ੁੱਕਰ ਪ੍ਰੇਮ ਸੰਬੰਧਾਂ ਵਿੱਚ ਮਜ਼ਬੂਤੀ ਦੇਵੇਗਾ। ਛੋਟੇ ਮੋਟੀ ਜੋ ਉਲਝਣਾ ਸੀ ਉਹਨਾਂ ਦਾ ਤੁਹਾਨੂੰ ਹੱਲ ਮਿਲਣਾ ਸ਼ੁਰੂ ਹੋ ਜਾਏਗਾ। ਬਿਜ਼ਨਸ ਕੰਮ ਕਾਰ ਵਿੱਚ ਵੀ ਤਰੱਕੀ ਤੇ ਮਨ ਖੁਸ਼ ਰਹੇਗਾ, ਕਹਿ ਸਕਦੇ ਹਾਂ ਆਪਾਂ ਕਿ ਥੋੜ੍ਹੀ ਸੰਤੁਸ਼ਟੀ ਜਿਹੀ ਬਣੀ ਰਹਿ ਸਕਦੀ ਆ, ਕਿਉਂਕਿ ਬੁੱਧ ਦਾ ਨਕਸ਼ੱਤਰ ਜੋ ਬੁੱਧ ਹੈ ਚੰਦਰ ਦੇ ਨਾਲ ਹੈ ਤੇ ਸ਼ੁੱਕਰ ਦਾ ਨਕਸ਼ੱਤਰ ਜੋ ਹੈ ਉਹ ਤੁਹਾਨੂੰ ਚੰਗਾ ਫਾਇਦਾ ਦੇ ਸਕਦਾ ਹੈ। ਲਿਕੁਇਡ ਚੀਜ਼ਾਂ ਦਾ ਸੇਵਨ ਕਰਨਾ ਚੰਗੀ ਗੱਲ ਹੈ, ਪਰ ਨਸ਼ੇ ਤੋਂ ਜ਼ਰੂਰ ਦੂਰੀ ਬਣਾ ਕੇ ਰੱਖਣੀ ਹੈ ਤੇ ਬਰਾਊਨ ਕਲਰ ਪਹਿਨਣਾ ਹੈ। ਕੈਂਸਰ ਕਰਕ ਰਾਸ਼ੀ ਵਾਲਿਆਂ ਦੇ ਲਈ ਮੈਰੂਨ ਕਲਰ ਅੱਜ ਲੱਕੀ ਰਹੇਗਾ। ਸਿਤਾਰਿਆਂ ਦੇ ਹਿਸਾਬ ਦੇ ਨਾਲ ਜੋ ਸ਼ੁੱਕਰ ਦਾ ਨਕਸ਼ੱਤਰ ਹੈ ਮਿੱਤਰ ਨਹੀਂ ਹੈ, ਇਸ ਕਰਕੇ ਐਲੀਗੇਸ਼ਨ ਤੋਹਮਤ ਤੋਂ ਬਚਣਾ ਹੈ। ਕਿਸੇ ਨਾ ਕਿਸੇ ਤਰ੍ਹਾਂ ਨਾਲ ਕਿਸੇ ਦੇ ਉਲਝੇਵੇਂ ਵਿੱਚ ਉਲਝਣ ਤੇ ਥੋੜੀ ਬਦਨਾਮੀ ਫੇਸ ਕਰਨੀ ਪੈ ਸਕਦੀ ਹੈ। ਸਮਾਜਿਕ ਤੌਰ ਤੇ ਜਾਂ ਤੁਸੀਂ ਜਿਸ ਜਗ੍ਹਾ ਤੇ ਕੰਮ ਕਰਦੇ ਹੋ ਸਿਰਫ ਤੇ ਸਿਰਫ ਆਪਣੇ ਕੰਮਕਾਰ ਵੱਲ ਧਿਆਨ ਦੇਣਾ ਹੀ ਅੱਜ ਦੇ ਦਿਨ ਨੂੰ ਬੈਸਟ ਬਣਾਉਣ ਲਈ ਤੁਹਾਡੇ ਲਈ ਕਾਰਗਰ ਸਾਬਤ ਹੋ ਸਕਦਾ ਹੈ। ਚੰਦਰ ਦੀ ਐਨਰਜੀ ਨੂੰ ਹੋਰ ਸ਼ੁਭ ਕਰਨ ਦੇ ਲਈ ਕੀ ਕਰਨਾ, ਤੁਸੀਂ ਮੱਥੇ ਤੇ ਦੁੱਧ ਜ਼ਰੂਰ ਲਗਾਉਣਾ। ਅਗਲੀ ਰਾਸ਼ੀ ਲੀਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਪ੍ਰੋਪਰਟੀ ਸੇਲ ਪਰਚੇਜ ਕਰਨ ਵਾਲਿਆਂ ਦਾ ਦਿਨ ਅੱਛਾ ਹੈ। ਨਵੇਂ ਕੰਮਕਾਰ ਵਿੱਚ ਹੱਥ ਪਾਉਣਾ ਹੈ ਤਾਂ ਕਿਸੇ ਐਕਸਪਰਟ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਸ਼ਨੀ ਜੋ ਸੱਤਵੇਂ ਸਥਾਨ ਵਿੱਚ ਹੈ ਘਰ ਮਕਾਨ ਪਲਾਟ ਦਾ ਸੁੱਖ ਤਾਂ ਦੇਵੇਗਾ, ਸ਼ੁੱਕਰ ਦਾ ਨਕਸ਼ੱਤਰ ਜੋ ਹੈ ਉਹ ਪਾਰਟਨਰਸ਼ਿਪ ਵਿੱਚ ਕੰਮ ਕਰਦਿਆਂ ਲਈ ਥੋੜ੍ਹਾ ਉਲਝੇਵਾਂ ਬਚ ਸਕਦਾ ਹੈ, ਧਿਆਨ ਨਾਲ ਹਰ ਡੀਲ ਕਰਨੀ ਚਾਹੀਦੀ ਆ। ਅਤੇ ਸੂਰਜ ਦੀ ਐਨਰਜੀ ਸ਼ੁਭ ਕਰਨ ਦੇ ਲਈ ਗੁੜ ਖਾ ਕੇ ਪਾਣੀ ਪੀ ਕੇ ਦਿਨ ਦੀ ਸ਼ੁਰੂਆਤ ਕਰੋ, ਦਿਨ ਬੈਸਟ ਜਾਏਗਾ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਗ੍ਰੇ ਕਲਰ ਲੱਕੀ ਰਹੇਗਾ। ਸਿਤਾਰਿਆਂ ਦੇ ਹਿਸਾਬ ਨਾਲ ਧਨ ਕੰਮਕਾਰ ਵਿੱਚ ਵਾਧਾ ਹੋਏਗਾ, ਸੁੱਖਾਂ ਵਿੱਚ ਵਾਧਾ ਹੋਏਗਾ। ਤੁਹਾਡੀ ਆਪਣੀ ਮਾਤਾ ਦੀ ਸਿਹਤ ਥੋੜ੍ਹੀ ਵਿਗੜ ਸਕਦੀ ਹੈ, ਉਹਨਾਂ ਦਾ ਧਿਆਨ ਰੱਖਣਾ ਹੈ, ਹੌਸਪੀਟਲ ਦੇ ਚੱਕਰ ਲੱਗ ਸਕਦੇ ਆ। ਅਗਰ ਹੌਸਪੀਟਲ ਜਾ ਰਹੇ ਹੋ ਤਾਂ ਕਿਸੇ ਜ਼ਰੂਰਤਮੰਦ ਨੂੰ ਮੈਡੀਸਨ ਦਵਾਈਆਂ ਦੇ ਸਕਦੇ ਹੋ। ਚੌਥੇ ਬੈਠਾ ਬੁੱਧ ਸ਼ੁਭ ਫਲ ਦੇਵੇਗਾ ਅਤੇ ਸ਼ਨੀ ਜੋ ਹੈ ਨਾ ਇਹ ਦਵਾਈਆਂ ਦਾ ਕਾਰਕ ਹੈ ਅਤੇ ਸ਼ੁੱਕਰ ਦਾ ਨਕਸ਼ੱਤਰ ਹੈ, ਤਿੰਨੋਂ ਹੀ ਮਿੱਤਰ ਨੇ ਅਤੇ ਬੁੱਧ ਦੇ, ਅਤੇ ਇਸ ਕਰਕੇ ਤੁਹਾਡੀ ਜੋ ਲਗਨ ਦੇ ਮਾਲਕ ਹੈ ਉਸਦੀ ਪਾਵਰ ਵੱਧ ਜਾਏਗੀ। ਅਗਲੀ ਰਾਸ਼ੀ ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਵਾਈਟ ਕਲਰ ਤੁਹਾਡਾ ਲੱਕੀ ਰਹੇਗਾ ਅਤੇ ਬੁੱਧ ਚੰਦਰ ਦੀ ਜੁੱਤੀ ਅਤੇ ਸ਼ੁੱਕਰ ਦਾ ਨਕਸ਼ੱਤਰ ਮਿੱਤਰ ਹੀ ਨੇ। ਆਪਣੇ ਬਾਰੇ ਸੋਚਣਾ ਚਾਹੀਦਾ, ਬਿਲਕੁਲ ਸਹੀ ਹੈ, ਆਪਣੇ ਬਾਰੇ ਜ਼ਿਆਦਾ ਸੋਚਣਾ ਚਾਹੀਦਾ, ਆਪਣੇ ਵੱਲ ਧਿਆਨ ਦਿਓ, ਆਪਣੀ ਸਿਹਤ ਵੱਲ ਧਿਆਨ ਦਿਓ। ਹਰ ਕੰਮ ਕਰਨਾ ਜ਼ਰੂਰੀ ਹੈ ਪਰ ਰੈਸਟ ਕਰਨੀ ਉਸ ਤੋਂ ਜ਼ਿਆਦਾ ਜ਼ਰੂਰੀ ਹੈ, ਤਾਂ ਅਗਰ ਤੁਸੀਂ ਆਪਣੇ ਲਈ ਕੁਝ ਸਮਾਂ ਕੱਢਦੇ ਹੋ, ਰੈਸਟ ਕਰਦੇ ਹੋ, ਤਾਂ ਸਿਹਤ ਲਈ ਸਿਤਾਰੇ ਤੁਹਾਡੇ ਅੱਛੇ ਹੋ ਜਾਣਗੇ। ਬੁੱਧ ਚੰਦਰ ਦੀ ਜੁੱਤੀ, ਅੱਖਾਂ ਗਲੇ ਦੀ ਥੋੜ੍ਹੀ ਐਲਰਜੀ ਆ ਉਹ ਠੀਕ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਹਲਕਾ ਜਿਹਾ ਸ਼ਹਿਦ ਪਾ ਕੇ ਪੀਓ। ਦੂਸਰੇ ਬੈਠਾ ਮੰਗਲ ਸ਼ੁਭ ਫਲ ਦੇ ਜਾਏਗਾ ਅਤੇ ਪਾਣੀ ਚੰਦਰ ਦਾ ਕਾਰਕ ਹੈ ਅਤੇ ਬੁੱਧ ਚੰਦਰ ਦੀ ਜੁੱਤੀ ਬਣੀ ਹੈ, ਇਸਦਾ ਹੋਰ ਸ਼ੁਭ ਫਲ ਮਿਲ ਜਾਏਗਾ। ਠੀਕ, ਅਗਲੀ ਰਾਸ਼ੀ ਸਕੋਰਪੀਓ ਵ੍ਰਿਸ਼ਚਿਕ ਰਾਸ਼ੀ ਵਾਲੇ। ਸਿਤਾਰਿਆਂ ਦੇ ਹਿਸਾਬ ਨਾਲ ਧਨ ਕੰਮਕਾਰ ਬਿਲਕੁਲ ਅੱਛਾ ਚੱਲੇਗਾ। ਥੋੜ੍ਹਾ ਕਨਫਿਊਜ਼ ਰਹੋਗੇ ਤੁਸੀਂ ਬਿਜ਼ਨਸ ਕੰਮਕਾਰ ਅਤੇ ਪੜ੍ਹਾਈ ਨੂੰ ਲੈ ਕੇ। ਇੱਕ ਨਵੇਂ ਕੰਮ ਦੀ ਔਫਰ ਆਈ ਜਿਹਦੇ ਲਈ ਤੁਸੀਂ ਸੋਚਿਆ ਕਿ ਕਿਸ ਤਰ੍ਹਾਂ ਕਿਵੇਂ ਕੀ ਕਰਨਾ ਚਾਹੀਦਾ। ਸੂਰਜ ਮੰਗਲ ਲਗਨ ਵਿੱਚ ਚੱਲ ਰਹੇ ਆ ਅਤੇ ਨਾਲ ਸ਼ੁੱਕਰ ਦਾ ਨਕਸ਼ੱਤਰ ਥੋੜ੍ਹੀ ਦਿਮਾਗੀ ਖੱਜਲ ਖੁਆਰੀ ਰੱਖੇਗਾ। ਦਿਮਾਗੀ ਖੱਜਲ ਖੁਆਰੀ ਤੋਂ ਬਚਣ ਦੇ ਲਈ ਵਿਉਂਤਬੰਦ ਤਰੀਕੇ ਨਾਲ ਕੰਮ ਕੀਤੇ ਜਾਣ, ਮਤਲਬ ਟਾਈਮ ਟੇਬਲ ਬਣਾ ਕੇ ਕਿਸ ਟਾਈਮ ਪੜ੍ਹਨਾ, ਕਿਸ ਟਾਈਮ ਤੁਰਨਾ, ਕਿਸ ਟਾਈਮ ਕੀ ਕਰਨਾ ਅਤੇ ਕਿਸ ਟਾਈਮ ਅਸੀਂ ਆਪਣੇ ਪੜ੍ਹਾਈ ਨੂੰ ਵਕਤ ਦੇਣਾ ਹੈ ਜਾਂ ਬਿਜ਼ਨਸ ਨੂੰ ਜਾਂ ਕੰਮ ਕਾਰ ਨੂੰ ਨਵੇਂ ਆਈਡੀਆਜ਼ ਲੈਣੇ। ਅਗਰ ਸਹੀ ਤਰੀਕੇ ਨਾਲ ਬੈਲੈਂਸ ਕਰਕੇ ਚੱਲੋਗੇ ਤਾਂ ਦਿਨ ਤੁਹਾਡਾ ਬੈਸਟ ਜਾਏਗਾ, ਮੈਰੂਨ ਕਲਰ ਲੱਕੀ ਰਹੇਗਾ। ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਸਕਾਈ ਬਲੂ ਕਲਰ ਅੱਜ ਲੱਕੀ ਰਹਿਣ ਵਾਲਾ ਹੈ। ਬੁੱਧ ਚੰਦਰ ਦੀ ਜੋਤੀ ਲਗਨ ਵਿੱਚ ਥੋੜ੍ਹੀ ਸਿਹਤ ਖਰਾਬ ਕਰੇਗੀ, ਸ਼ੁੱਕਰ ਦਾ ਨਕਸ਼ੱਤਰ ਹੈ ਜੀ, ਸ਼ੁੱਕਰ ਪ੍ਰੋਫਿਟ ਤਾਂ ਦੇਵੇਗਾ
ਪ੍ਰੋਪਰਟੀ ਦੇ ਲਈ ਬਿਲਕੁਲ ਅੱਛਾ ਹੋ ਜਾਏਗਾ। ਕੋਈ ਤੁਸੀਂ ਪਲੋਟ ਖਰੀਦਣਾ ਹੈ, ਕੋਈ ਘਰ 'ਚ ਮਿਸਤਰੀ ਲਗਾਉਣੇ ਆ, ਕੰਸਟਰਕਸ਼ਨ ਦਾ ਕੰਮ ਕਰਨਾ ਆਉਣਾ ਹੈ, ਤਾਂ ਉਹਦੇ ਲਈ ਸਿਤਾਰੇ ਤੁਹਾਡੇ ਬਿਲਕੁਲ ਅੱਛੇ ਆ, ਫੁੱਲ ਲਾਭ ਦੀ ਪ੍ਰਾਪਤੀ ਹੋਵੇਗੀ। ਪਰ ਸਿਹਤ ਲਈ ਸਿਤਾਰੇ ਢਿੱਲੇ ਰਹਿਣਗੇ, ਸਿਹਤ ਅਤੇ ਮਨ ਦੀ ਕਨਫਿਊਜ਼ਨ ਥੋੜ੍ਹੀ ਬਣੀ ਰਹੇਗੀ। ਬਜ਼ੁਰਗਾਂ ਦੀ ਸਲਾਹ ਨਾਲ ਚੱਲਣ 'ਤੇ ਬ੍ਰਹਿਸਪਤ ਦਾ ਫਲ ਸ਼ੁਭ ਰਹੇਗਾ। ਠੀਕ, ਅਤੇ ਪੀਲੇ ਫੁੱਲ ਅੱਜ ਵੀ ਤੁਸੀਂ ਧਾਰਮਿਕ ਸਥਾਨ 'ਤੇ ਚੜ੍ਹਾ ਸਕਦੇ ਹੋ ਅਤੇ ਪੀਲੇ ਫੁੱਲ ਘਰ 'ਚ ਲਗਾ ਵੀ ਸਕਦੇ ਹੋ। ਦਿਨ ਅੱਛਾ ਹੈ। ਕੈਪਰੀਕੋਨ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸ਼ੁੱਕਰ ਦਾ ਨਕਸ਼ੱਤਰ ਮਿੱਤਰ ਹੈ, ਕਿਸਮਤ ਦਾ ਸਾਥ ਮਿਲੇਗਾ, ਵਿਦੇਸ਼ ਲਈ ਰਸਤੇ ਖੁੱਲਣਗੇ, ਵਿਦੇਸ਼ ਤੋਂ ਨਵੀਂ ਔਫਰ ਤੁਹਾਨੂੰ ਆ ਸਕਦੀ ਹੈ, ਅਤੇ ਜੋ ਤੁਹਾਨੂੰ ਲੱਗ ਰਿਹਾ ਸੀ ਕੰਮ ਡਿਲੇ ਹੋ ਰਿਹਾ ਤਾਂ ਇੱਕਦਮ ਹੋ ਵੀ ਸਕਦਾ ਹੈ। ਨਾਲ ਹੀ ਸ਼ਨੀ ਵੀ ਸ਼ੁਭ ਫਲ ਦੇਵੇ ਅਤੇ ਸ਼ੁੱਕਰ ਤੁਹਾਡੀ ਐਨਰਜੀ ਨੂੰ ਵਧੀਆ ਰੱਖੇ, ਖਾਸ ਤੌਰ 'ਤੇ ਜੋ ਤੁਸੀਂ ਦੁਕਾਨਦਾਰੀ ਦਾ ਕੰਮ ਕਰਦੇ ਹੋ ਤਾਂ ਆਪਣੀ ਵਾਣੀ 'ਚ ਥੋੜ੍ਹੀ ਮਿਠਾਸ ਰੱਖੋ। ਅਤੇ ਸ਼ਨੀ ਨੂੰ ਸ਼ੁੱਭ ਕਰਨ ਦੇ ਲਈ, ਸ਼ੁੱਕਰ ਦਾ ਫਲ ਸ਼ੁੱਭ ਕਰਨ ਦੇ ਲਈ ਕਪੂਰ ਦੀ ਟਿੱਕੀ ਰਾਧਾ ਕ੍ਰਿਸ਼ਨ ਦੇ ਚੜ੍ਹਾ ਕੇ ਆਓ। ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ। ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਅੱਛੇ ਨੇ। ਨਕਸ਼ੱਤਰ ਜੋ ਹੈ ਸ਼ੁੱਕਰ ਦਾ ਹੈ ਅਤੇ ਸ਼ੁੱਕਰ ਤੁਹਾਡੇ ਨੌਵੇਂ ਖਾਨੇ ਦਾ ਮਾਲਕ ਹੈ ਅਤੇ ਨਾਲ ਤੁਹਾਡੇ ਸੋਚ ਦਾ ਮਾਲਕ ਹੈ। ਸੋਚ ਅੱਛੀ ਹੈ, ਕਿਸਮਤ ਦਾ ਸਾਥ ਮਿਲ ਰਿਹਾ, ਆਪਣੇ ਆਪ 'ਤੇ ਪ੍ਰਾਊਡ ਕਰਨਾ ਤਾਂ ਬਣਦਾ ਹੀ ਹੈ। ਜਦੋਂ ਪਰਿਵਾਰ, ਪ੍ਰੇਮ ਸੰਬੰਧ, ਪਤੀ ਪਤਨੀ, ਜੀਵਨ ਸਾਥੀ, ਘਰ ਪਰਿਵਾਰ ਵਿੱਚ ਸਭ ਦਾ ਸਾਥ ਮਿਲ ਰਿਹਾ ਹੋਵੇ ਤਾਂ ਤਕਰੀਬਨ ਦੇਖਿਆ ਜਾਵੇ ਤਾਂ ਸਿਤਾਰੇ ਉਸ ਟਾਈਮ 'ਤੇ ਸ਼ੁੱਭ ਵੀ ਹੁੰਦੇ ਆ। ਚੰਗਾ ਰਹੇਗਾ ਕੇਤੂ ਨੂੰ ਸ਼ੁੱਭ ਕਰਨਾ, ਜੋ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਚੱਲ ਰਿਹਾ। ਥੋੜ੍ਹੀ ਔਲਾਦ ਨੂੰ ਲੈ ਕੇ, ਔਲਾਦ ਦੇ ਫਿਊਚਰ ਨੂੰ ਲੈ ਕੇ, ਭਵਿੱਖ ਨੂੰ ਲੈ ਕੇ ਚਿੰਤਾ ਵਧੀ ਹੋਵੇ ਤਾਂ ਕੀ ਕਰਨਾ, ਤੁਸੀਂ ਇੱਕ ਰੋਟੀ 'ਤੇ ਹਲਕਾ ਜਿਹਾ ਦੇਸੀ ਘਿਓ ਲਗਾ ਕੇ ਤਾਂ ਕਿ ਸ਼ੁੱਕਰ ਅੱਛਾ ਰਹੇ, ਗਾਂ ਨੂੰ ਪਾ ਦਿਓ। ਅਗਲੀ ਰਾਸ਼ੀ ਪਾਈਸਿਸ ਯਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਨਕਸ਼ੱਤਰ ਦੇ ਮੁਤਾਬਕ ਸ਼ੁੱਭ ਨਹੀਂ, ਇਸ ਕਰਕੇ ਹਰ ਕੰਮ ਡਿਲੇ ਹੋਣ ਦੀ ਵਜ੍ਹਾ ਨਾਲ ਮਨ ਬੇਚੈਨ ਅਤੇ ਪਰੇਸ਼ਾਨ ਰਹੇਗਾ ਅਤੇ ਨਾਲ ਥੋੜ੍ਹਾ ਤੁਸੀਂ ਆਪਣੇ ਆਪ ਨੂੰ ਕੋਸਦੇ ਰਹੋਗੇ। ਸਮਾਂ ਖਰਾਬ ਜਾਂ ਨਹੀਂ ਹੈ, ਥੋੜ੍ਹਾ ਵਕਤ ਹੈ, ਇਸਨੇ ਲੰਘ ਹੀ ਜਾਣਾ ਹੈ। ਚੰਦਰਮਾ ਧਨੂ ਰਾਸ਼ੀ ਵਿੱਚ ਹੈ, ਸ਼ੁੱਕਰ ਦਾ ਨਕਸ਼ੱਤਰ ਮਿੱਤਰ ਨਹੀਂ ਹੈ। ਜਦੋਂ ਸੂਰਜ ਦੇ ਨਕਸ਼ੱਤਰ 'ਚ ਜਾਏਗਾ ਤਾਂ ਕੱਲ੍ਹ ਦਾ ਦਿਨ ਬੈਸਟ ਹੋ ਜਾਏਗਾ, ਇਸ ਕਰਕੇ ਅੱਜ ਦੇ ਦਿਨ ਨੂੰ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਕੋਸ ਕੇ ਲੜਾਈ ਝਗੜੇ ਵਿੱਚ, ਬਹਿਸਬਾਜ਼ੀ ਵਿੱਚ ਬਿਲਕੁਲ ਨਹੀਂ ਕੱਢਣਾ। ਚੰਗਾ ਰਹੇਗਾ ਕਿਤਾਬਾਂ ਪੜ੍ਹੋ, ਗਿਆਨ ਦੀਆਂ ਕਿਤਾਬਾਂ ਪੜ੍ਹਨ 'ਤੇ ਬ੍ਰਹਿਸਪਤ ਸ਼ੁੱਭ ਹੋ ਜਾਂਦਾ ਜੋ ਤੁਹਾਡੇ ਲਗਨ ਰਾਸ਼ੀ ਦਾ ਮਾਲਕ ਹੈ, ਅਤੇ ਰਾਹੂ ਵੀ ਇਸ ਨਾਲ ਸ਼ਾਂਤ ਰਹੇਗਾ। ਕਿਸੇ ਧਾਰਮਿਕ ਸਥਾਨ 'ਤੇ ਜਾ ਰਹੇ ਹੋ ਨਾ ਤਾਂ 9 ਘੁੱਟ ਪਾਣੀ ਦੇ ਜ਼ਰੂਰ ਪੀਓ। ਠੀਕ, ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ, ਗ੍ਰਹਿ ਗੋਚਰ ਨਕਸ਼ੱਤਰ 'ਤੇ ਆਪਾਂ ਚਰਚਾ ਕੀਤੀ। ਵਾਸਤੂ ਦੇ ਮੁਤਾਬਕ ਜੋ ਆਪਾਂ ਤੁਹਾਨੂੰ ਛੋਟੀਆਂ ਛੋਟੀਆਂ ਗੱਲਾਂ ਦੱਸਦੇ ਰਹਿੰਦੇ ਹਾਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਕਈ ਵਾਰੀ ਕੀ ਹੁੰਦਾ ਕਿ ਅਸੀਂ ਹਰ ਰੋਜ਼ ਲਗਾਤਾਰ, ਅੱਜ ਕੱਲ੍ਹ ਤਾਂ ਵੈਸੇ ਵੀ ਠੰਡ ਹੈ, ਅਤੇ ਬੈੱਡ 'ਤੇ ਬੈਠ ਕੇ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਹਾਂ। ਬੈੱਡ 'ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ, ਹਮੇਸ਼ਾ ਨੀਚੇ, ਜਿੱਦਾਂ ਠੰਡ ਹੈ ਤਾਂ ਚਲੋ ਚਟਾਈ ਵਿਛਾ ਕੇ ਤੁਸੀਂ ਬੈਠ ਸਕਦੇ ਹੋ, ਤਾਂ ਅਗਰ ਬੈੱਡਰੂਮ 'ਚ ਹੀ ਖਾਣਾ ਖਾਣਾ ਹੈ ਤਾਂ ਨੀਚੇ ਬੈਠ ਕੇ ਖਾਓ। ਨੀਚੇ ਜੋ ਧਰਤੀ 'ਤੇ ਅਗਰ ਚੌਂਕੜਾ ਮਾਰ ਕੇ ਖਾਣਾ ਖਾਧਾ ਜਾਵੇ ਜਾਂ ਨੀਚੇ ਬੈਠ ਕੇ ਖਾਣਾ ਖਾਧਾ ਜਾਵੇ ਤਾਂ ਧਰਤੀ ਯਾਨੀ ਸ਼ੁੱਕਰ ਦੀ ਐਨਰਜੀ ਸ਼ੁੱਭ ਹੋ ਜਾਂਦੀ ਆ, ਅਤੇ ਸ਼ੁੱਕਰ ਸਾਡੇ ਖਾਣੇ ਦਾ ਕਾਰਕ ਵੀ ਸ਼ੁੱਕਰ ਹੀ ਮੰਨਿਆ ਜਾਂਦਾ। ਭਾਂਤ ਭਾਂਤ ਦੇ ਪਦਾਰਥ ਜੋ ਨੇ ਨਾ, ਇਹਨਾਂ ਦਾ ਕਾਰਕ ਵੀ ਸ਼ੁੱਕਰ ਹੀ ਹੈ, ਅਤੇ ਉਹ ਸਾਡੇ ਬੋਡੀ ਨੂੰ, ਸਾਡੇ ਸਰੀਰ ਨੂੰ ਅੱਛੀ ਐਨਰਜੀ ਦੇਵੇ, ਗ੍ਰਹਿ ਅੱਛੇ ਰਹਿਣ, ਤਾਂ ਧਰਤੀ 'ਤੇ ਬੈਠ ਕੇ ਮੰਗਲ ਨੂੰ ਸ਼ੁੱਭ ਕਰਨ ਦੇ ਲਈ ਅਗਰ ਨੀਚੇ ਬੈਠ ਕੇ ਖਾਣਾ ਖਾਧਾ ਜਾਵੇ, ਮੰਗਲ, ਚੰਦਰ ਅਤੇ ਸੂਰਜ ਸਾਰੇ ਗ੍ਰਹਿ ਸ਼ੁੱਭ ਫਲ ਦੇ ਜਾਂਦੇ ਆ। ਤਾਂ ਹਮੇਸ਼ਾ ਖਾਣਾ ਰਸੋਈ 'ਚ ਬੈਠ ਕੇ ਖਾਣਾ ਚਾਹੀਦਾ, ਪਰ ਉੱਥੇ ਨਹੀਂ ਖਾ ਸਕਦੇ, ਕਿਤੇ ਵੀ ਖਾਣਾ ਹੈ ਤਾਂ ਨੀਚੇ ਬੈਠ ਕੇ ਖਾਓ ਤਾਂ ਕਿ ਗ੍ਰਹਿਾਂ ਦਾ ਸ਼ੁੱਭ ਫਲ ਤੁਹਾਨੂੰ ਮਿਲਦਾ ਰਹੇ। ਵੈਸੇ ਇੱਕ ਗੱਲ ਇਹ ਵੀ ਹੈ ਕਿ ਖਾਣਾ ਖਾਂਦੇ ਸਮੇਂ ਟੀ ਵੀ ਨਹੀਂ ਦੇਖਣਾ ਚਾਹੀਦਾ। ਠੀਕ, ਚਲੋ, ਸਮਾਂ ਇਜਾਜ਼ਤ ਦਾ ਜੀ, ਆਪ ਸਭ ਦਾ ਅੱਜ ਦਾ ਦਿਨ ਬਹੁਤ ਸ਼ੁੱਭ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਮੈਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।